ਕੇਂਦਰ ਸਰਕਾਰ ਨੇ ਕਿਹਾ ਹੈ ਕਿ ਦਿੱਲੀ ਹਵਾਈ ਅੱਡੇ ਤੇ ਭੀੜ ਭੜਕੇ ਨੂੰ ਘੱਟ ਕਰਨ ਤੇ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਲਈ ਠੋਕਵੀਂ ਕਾਰਵਾਈ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲਾ ਨੇ ਆਪਣੇ ਟਵੀਟ ਸੁਨੇਹਿਆਂ ਵਿੱਚ ਕਿਹਾ ਹੈ ਕਿ ਇਨ੍ਹਾਂ ਉਪਰਾਲਿਆਂ ਸਦਕਾ ਸੁਰੱਖਿਆ ਜਾਂਚ ਗੇਟ ਅਤੇ ਦਾਖਲੇ ਵਾਲੀਆਂ ਥਾਵਾਂ ਤੇ ਮੁਸਾਫਰਾਂ ਨੂੰ ਹੁਣ ਆਪਣੀ ਵਾਰੀ ਆਉਣ ਲਈ ਘੱਟ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਉਹਨਾਂ ਦੀ ਆਵਾਜ਼ਾਈ ਸੁਖਾਲੀ ਹੋ ਗਈ ਹੈ। ਮੰਤral ਨੇ ਕਿਹਾ ਕਿ ਹਵਾਈ ਅੱਡੇ ਤੇ ਮੁਸਾਫਰਾਂ ਦੀ ਭੀੜ ਨਾਲ ਨਜਿੱਠਣ ਲਈ ਦਾਖਲਾ ਰਸਤਿਆਂ ਤੋਂ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਤੈਅ ਕਰ ਦਿੱਤੀ ਗਈ ਹੈ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਸਾਰੀਆਂ ਹੀ ਦਾਖਲਾ ਥਾਵਾਂ ਤੇ 6-6 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਆਵਾਜਾਈ ਦੇ ਬਿਹਤਰ ਪ੍ਰਬੰਧਨ ਲਈ ਕਾਊਂਟ ਮੀਟਰ ਸੀਸੀਟੀਵੀ ਅਤੇ ਕਮਾਂਡ ਕੇਂਦਰ ਬਣਾਏ ਗਏ ਨੇ ਮੁਸਾਫਰਾਂ ਦੇ ਸਮਾਨ ਦੀ ਜਾਂਚ ਲਈ 4 ਵੱਧੂ ਐਕਸਰੇ ਮਸ਼ੀਨਾਂ ਲਗਾਈਆਂ ਗਈਆਂ ਨੇ ਤੇ ਹਵਾਈ ਅੱਡੇ ਦੀਆਂ ਸਾਰੀਆਂ ਹੀ ਦਾਖਲਾ ਥਾਵਾਂ ਤੇ ਡਿਸਪਲੇ ਬੋਰਡ ਲਗਾਏ ਗਏ ਨੇ ਜੋ ਯਾਤਰੀਆਂ ਦੀ ਸਹੀ ਜਾਣਕਾਰੀ ਦਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਜਾ ਰਿਹਾ ਹੈ